बड़ी मन नूं खुशी की गल है कि 155 के करीब सरपंच पहुंचे हुए ने जिन्हां दे विच सब तो वध लीड दे नाल मैं सरपंच बनिया क्योंकि पिंड वालिया दा प्यार ते काम बहुत वधिया कीते सी। आने वाले समय दे विच असीं पिंड वालिया नूं ग्राउंड देन जा रहे हैं, हैप्पीनैस स्कूल देन जा रहे हैं, एजुकेशन बॉर्डर बैल्ट दे विच थोड़ी कमी एजुकेशन की, असीं एजुकेशन नूं प्रमोट करके ते जो भी पिंड वालिया दीआं मंगां उन्हां नूं असीं पूरा करांगे। पिछले दिन ही हुई पंचायती चोणां दे विच वड्डी जित हासिल करन तो बाद अज वड्डी गिनती दे विच पंच ते सरपंच जिहड़े ने उह अजनाला प्रोग्राम दे विच पहुंचे हुए ने। तां कुलदीप सिंह धालीवाल जो कि मंत्री ने आम आदमी पार्टी दे, तां उहनां दे वल्लों जिहड़ा सन्मान तां उह वी कीता गया था, सब तों वध वोटां दे नाल जिते सरपंच ने उहनां दा सन्मान वी कीता गया था। असीं उहनां दे नाल गल्लबात वी करदे हां। तां पहलां की नाम है जी तुहाडा? मेरा नाम सोनू सिंह है जी। हांजी, किहड़े पिंड तों तुसीं जित हासिल करके अज इत्थे पहुंचे हो? पिंड नवांडला राजपूता तों। हांजी, ਜੇਕਰ ਅਸੀਂ ਗੱਲ ਕਰੀਏ ਕਿੰਨੀਆਂ ਵੋਟਾਂ ਦੇ ਨਾਲ ਤੁਹਾਡੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਜੀ? 600 ਵੋਟਾਂ ਦੀ ਲੀਡ ਨਾਲ ਅਸੀਂ ਜਿੱਤ ਹਾਸਲ ਕੀਤੀ ਹੈ। ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਕਿਉਂਕਿ ਇੱਥੇ 155 ਦੇ ਕਰੀਬ ਜਿਹੜੇ ਸਰਪੰਚ ਨੇ ਉਹ ਇੱਥੇ ਪਹੁੰਚੇ ਹੋਏ ਨੇ ਜੀ। ਬੜੀ ਮਨ ਨੂੰ ਖੁਸ਼ੀ ਦੀ ਗੱਲ ਹੈ ਕਿ 155 ਦੇ ਕਰੀਬ ਸਰਪੰਚ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਲੀਡ ਦੇ ਨਾਲ ਮੈਂ ਸਰਪੰਚ ਬਣਿਆ ਕਿਉਂਕਿ ਪਿੰਡ ਵਾਲਿਆਂ ਦਾ ਪਿਆਰ ਤੇ ਕੰਮ ਬਹੁਤ ਵਧੀਆ ਕੀਤੇ ਸੀ, ਜਿਹੜਾ ਪਿੰਡ ਵਾਲਿਆਂ ਨੇ ਇੱਕ ਤਰਫਾ ਹੀ ਜਿੱਤ ਨੂੰ ਹਾਂ ਕੀਤੀ। ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੁਣ ਤੱਕ ਤੁਸੀਂ ਆਪਣੇ ਕਰਵਾ ਚੁੱਕੇ ਹੋ? ਪਿੰਡ ਦੇ ਵਿੱਚ ਪਹਿਲਾਂ ਬਹੁਤ ਜ਼ਿਆਦੀਆਂ ਗਲੀਆਂ ਦੇ ਵਿੱਚ ਬਹੁਤ ਮੁਸ਼ਕਲ ਸੀ, ਗਲੀਆਂ ਇੰਟਰਲੋਕ ਟਾਇਲ ਲਵਾਈ, ਗਲੀਆਂ ਬਣਾਈਆਂ, ਸਕੂਲ ਵਧੀਆ, ਸਕੂਲ ਨੂੰ ਵਧੀਆ ਦਿੱਖ ਦਿੱਤੀ, ਸ਼ਮਸ਼ਾਨ ਘਾਟ ਨੂੰ ਇੱਕ ਵਧੀਆ ਦਿੱਖ ਦਿੱਤੀ। ਸਰਪੰਚ ਨਾ ਹੁੰਦਿਆਂ ਹੋਇਆਂ ਵੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਜੋ 2022 'ਚ ਬਣੀ ਉਸ ਤੋਂ ਲੈ ਕੇ 2-2.5 ਸਾਲਾਂ 'ਚ ਪਿੰਡ ਦਾ ਵਿਕਾਸ ਕੀਤਾ, ਉਸ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਹੀ ਪਿੰਡ ਵਾਲਿਆਂ ਨੇ ਬਹੁਤ ਵੱਡੀ ਲੀਡ ਤੇ ਜਿਤਾਇਆ। ਜੇਕਰ ਅਸੀਂ ਗੱਲ ਕਰੀਏ ਪਿੰਡ ਵਾਲਿਆਂ ਦੇ ਵੱਲੋਂ ਬਹੁਤ ਸਾਰਾ ਪਿਆਰ ਤੁਹਾਨੂੰ ਦਿੱਤਾ ਗਿਆ ਇਸ ਵਾਰ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਕਿਹੜਾ ਤੁਸੀਂ ਵਾਅਦਾ ਕਰਕੇ ਆਏ ਹੋ ਪਿੰਡ ਵਾਲਿਆਂ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਜਿਹੜੇ ਨੇ ਤੁਹਾਡੇ ਵੱਲੋਂ ਕਰਵਾਏ ਜਾਣਗੇ? ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਵਾਲਿਆਂ ਨੂੰ ਗਰਾਊਂਡ ਦੇਣ ਜਾ ਰਹੇ ਹਾਂ, ਹੈਪੀਨੈਸ ਸਕੂਲ ਦੇਣ ਜਾ ਰਹੇ ਹਾਂ, ਐਜੂਕੇਸ਼ਨ ਬਾਰਡਰ ਬੈਲਟ ਦੇ ਵਿੱਚ ਥੋੜ੍ਹੀ ਕਮੀ ਐਜੂਕੇਸ਼ਨ ਦੀ, ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰਕੇ ਅਤੇ ਜੋ ਵੀ ਪਿੰਡ ਵਾਲਿਆਂ ਦੀਆਂ ਮੰਗਾਂ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਅਤੇ 2027 ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ। ਜੇਕਰ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਜਿਹੜੀ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜਿਹੜੀ ਕਮੀ ਹੈ ਪਿੰਡ ਵਾਲਿਆਂ ਨੂੰ ਆ ਰਹੀ, ਲੱਗਦਾ ਕਿ ਸਕੂਲ ਪੜ੍ਹਨ ਦੇ ਲਈ ਬੱਚਿਆਂ ਨੂੰ ਕਾਫੀ ਦੂਰ ਜਾਣਾ ਪੈਂਦਾ? ਹਾਂ ਬਿਲਕੁਲ, ਪੜ੍ਹਨ ਦੇ ਲਈ ਬੱਚਿਆਂ ਨੂੰ ਮੇਰੇ ਪਿੰਡ ਦੇ ਹੀ ਬੱਚਿਆਂ ਨੂੰ 1.5 ਕਿਲੋਮੀਟਰ ਜਾਣਾ ਪੈਂਦਾ ਹੈ। ਜੇਕਰ ਗੱਲ ਕੀਤੀ ਜਾਏ ਮਿਡਲ ਸਕੂਲ ਦੀ ਤਾਂ ਉਹ 7-8 ਕਿਲੋਮੀਟਰ ਪੈਂਦਾ ਹੈ, 3 ਕਿਲੋਮੀਟਰ ਪੈਂਦਾ ਹੈ, ਅਤੇ ਜੇ ਗੱਲ ਕਰੀਏ +2 ਦੇ ਸਕੂਲ ਦੀ ਤਾਂ ਉਹ 12 ਕਿਲੋਮੀਟਰ ਪੈਂਦੀ। ਇਹ ਸਾਰੀਆਂ ਸਹੂਲਤਾਂ ਅਸੀਂ ਪਿੰਡ ਵਿੱਚ ਹੀ ਬਣਾਵਾਂਗੇ। ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣਾ ਦੇ ਖਿਆਲ ਦੇ ਵੱਲੋਂ ਇਹ ਗੱਲਾਂ ਲਿਆਂਦੀਆਂ ਜਾਣਗੀਆਂ? ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਧਿਆਨ ਦੇ ਵਿੱਚ ਪਹਿਲੇ ਲਿਆਂਦੀਆਂ ਗਈਆਂ ਅਤੇ ਹੁਣ ਫਿਰ ਲਿਆਂਦੀਆਂ ਜਾਣਗੀਆਂ, ਅਤੇ ਇਹ ਗੱਲਾਂ ਜਿਹੜੇ ਇਹ ਕੰਮ ਨੇ ਇਹ ਪੂਰੇ ਵੀ ਕੀਤੇ ਜਾਣਗੇ, ਮੈਨੂੰ ਪੂਰੀ ਆਸ ਹੈ। ਤੁਸੀਂ ਵੇਖਿਆ ਕਿ ਅਸੀਂ ਸਰਪੰਚ ਜੋ ਕਿ ਅੱਜ ਇੱਥੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ, ਤਾਂ 155 ਦੇ ਕਰੀਬ ਜਿਹੜੇ ਸਰਪੰਚ ਇੱਥੇ ਪਹੁੰਚੇ ਹੋਏ ਨੇ, ਤਾਂ ਉਹਨਾਂ ਸਾਰਿਆਂ ਤੋਂ ਵੱਧ ਵੋਟਾਂ ਦੇ ਵਿੱਚ ਜਿੱਤ ਹਾਸਲ ਕਰਕੇ ਅੱਜ ਇਹ ਇੱਥੇ ਪਹੁੰਚੇ ਨੇ, ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਉਹ ਸਰਪੰਚ ਨਹੀਂ ਵੀ ਸੀ ਤਾਂ ਉਦੋਂ ਵੀ ਉਹਨਾਂ ਦੇ ਵੱਲੋਂ ਬਹੁਤ ਵਧੀਆ ਜਿਹੜੇ ਕੰਮ ਨੇ ਪਿੰਡਾਂ ਦੇ ਵਿੱਚ ਕੀਤੇ ਗਏ ਸੀ, ਪਰ ਉਹ ਹੁਣ ਸਰਪੰਚ ਬਣ ਚੁੱਕੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਵਧੀਆ ਕੰਮ ਨੇ ਉਹਨਾਂ ਦੇ ਵੱਲੋਂ ਕੀਤੇ ਜਾਣਗੇ। ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਸਿੰਘ ਸਾਹਿਲ, ਜਗਬਾਣੀ ਟੀਵੀ, ਅੰਮ੍ਰਿਤਸਰ।